ਆਪਣੇ ਕੋਲ ਹਰੇਕ ਪ੍ਰਕਾਰ ਦੇ ਏਸੀ ਸਸਤੇ ਤੋਂ ਸਸਤਾ ਕੂਲਰ ਦੇ ਰੇਟ ਦੇ ਨੇ। ਇੱਕ ਸੀਜ਼ਨ ਦੀ ਹੈਗੀ, ਇੱਕ ਸੀਜ਼ਨ ਦੀ ਕੰਪਰੈਸਰ ਦੀ ਸੀਜ਼ਨ ਦੀ ਆ, ਤੇ ਇੱਕ ਮਹੀਨੇ ਦੀ ਫੁੱਲ ਏਸੀ ਦੀ ਗਰੰਟੀ ਆ ਆਪਣੀ। ਆਈ ਲੈ ਕੇ ਜਾਂਦਾ ਜੀ ਆਪਣੇ ਕੋਲੋਂ, ਤਾਂ ਆਪਾਂ 15,000 ਦਾ ਡੇਢ ਟਨ ਦਾ ਪੀਸ ਦੇ ਦਿੰਦੇ ਹਾਂ, ਤੇ ਅਗਰ ਫਿਟਿੰਗ ਕਰਾ ਕੇ ਲੈਣਾ ਤਾਂ ਆਪਣੇ ਕੋਲੋਂ 18,500 ਰੁਪਏ ਦਾ ਸਾਰੀ ਅਸੈਸਰੀ ਲਾ ਕੇ ਪੂਰੀ। ਹਾਂਜੀ, ਲੋਇਡ ਕੰਪਨੀ ਦਾ ਜੀ, ਜੇ ਅੱਜ ਆਪਾਂ ਲਈਏ ਤਾਂ 35,000-40,000 ਦੀ ਰੇਂਜ ਚ ਹੈਗਾ, ਤੇ ਇਹ ਆਪਾਂ ਤੁਹਾਨੂੰ 18,500 ਦੇ ਵਿੱਚ ਫਿੱਟ ਕਰਾ ਕੇ ਦੇ ਦਾਂਗੇ। ਹੋਰ ਦੇਖ ਰਿਹਾ ਅੱਗੇ ਦੋਸਤੋ, ਇਹ ਕੰਡੀਸ਼ਨ ਦੀ ਗੱਲ ਕਰੋ ਤੁਸੀਂ, ਦੇਖੋ ਬਿਲਕੁਲ ਓਕੇ ਆ, ਤੇ ਇਹਦਾ ਵੀਰ ਜੀ ਕੀ ਰੇਟ ਰਹੂਗਾ ਜੀ? ਇਹ 18,500 ਜੀ, ਇਹ 1 ਟਨ ਦਾ ਪਿਆ ਜੀ। ਜੇ ਬੰਦੇ ਨੇ ਆਪਦੀ ਫਿਟਿੰਗ ਕਰਾਉਣੀ ਹੈਗੀ ਤਾਂ ਆਪਾਂ ਦੇ ਦਾਂਗੇ 13,000 ਦਾ, ਤੇ ਫਿਟਿੰਗ ਕਰਾ ਕੇ 16,000 ਦਾ। ਆਹ 2 ਟਨ ਚ ਆ ਗਿਆ, ਠੀਕ ਹੈ ਜੀ। ਇਹ ਅਟਾਚੀ ਦਾ ਜੀ, ਜੇ ਅੱਜ ਆਪਾਂ ਨਵਾਂ ਪੀਸ ਲੈਂਦੇ ਹਾਂ 65,000-70,000 70,000 ਰੁਪਏ ਰੇਟ ਹੈਗਾ ਇਹਦਾ, ਠੀਕ ਹੈ ਜੀ। ਤੇ ਆਪਾਂ ਇਹ ਫਿੱਟ ਕਰਵਾ ਕੇ ਤੇ 21,000 ਚ ਦੇ ਦਾਂਗੇ ਜੀ। ਪੰਜਾਬ ਤੁਸੀਂ ਦੇਖ ਸਕਦੇ ਹੋ ਸਾਰੇ ਆਪਣੇ ਕੋਲ ਜਿਹੜੇ 5-star ਨੇ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਲਖਵਿੰਦਰ ਸਿੰਘ ਬੂਟਾ। ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਸਭ ਤੋਂ ਸਸਤੇ ਏਸੀ, ਜਿਵੇਂ ਕਿਹਾ ਤੁਸੀਂ ਦੇਖ ਰਹੇ ਹੋ। ਬਾਈਆਂ ਕੋਲੇ ਜੇ ਏਸੀਆਂ ਦੀ ਕੁਆਂਟਿਟੀ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਹੁੰਦੇ ਨੇ, ਤੇ ਆ ਜਾਓ ਆਪਾਂ ਮਿਲਾਉਂਦੇ ਹਾਂ ਤੁਹਾਨੂੰ ਬਾਈ ਜੀ ਦੇ ਨਾਲ। ਸਤਿ ਸ੍ਰੀ ਅਕਾਲ ਵੀਰ ਜੀ। ਸਤਿ ਸ੍ਰੀ ਅਕਾਲ ਜੀ। ਹੋਰ ਜੀ ਵੀਰ ਜੀ, ਠੀਕ ਠਾਕ? ਹਾਂ ਜੀ, ਵਧੀਆ ਜੀ। ਅੱਛਾ ਵੀਰ ਜੀ, ਆਪਣਾ ਏਸੀਆਂ ਦਾ ਕੰਮ ਆ ਜੀ? ਹਾਂਜੀ ਹਾਂਜੀ। ਤੇ ਜੇ ਆਪਾਂ ਗੱਲ ਕਰੀਏ ਵੀਰ ਜੀ, ਆਪਣਾ ਐਡਰੈਸ ਦੱਸੋ ਪਹਿਲਾਂ ਪ੍ਰੋਪਰ। ਐਡਰੈਸ ਜੀ ਆਪਣਾ HP ਇਲੈਕਟ੍ਰੋਨਿਕ, ਧੂਰੀ ਤੋਂ ਸ਼ੇਰਪੁਰ ਰੋਡ ਤੇ। ਮੋਬਾਈਲ ਨੰਬਰ ਮੇਰਾ ਹੈਗਾ 8778966758। ਆਪਣੇ ਕੋਲ ਹਰੇਕ ਪ੍ਰਕਾਰ ਦੇ ਏਸੀ ਸਸਤੇ ਤੋਂ ਸਸਤਾ ਕੂਲਰ ਦੇ ਰੇਟ ਦੇ ਨੇ। ਮੈਂ ਤੁਹਾਨੂੰ ਬਾਈ ਦੇ ਐਡਰੈਸ ਮੈਂ ਵੀ ਦੱਸ ਦਿੰਦਾ ਇੱਕ ਵਾਰੀ। ਜਦੋਂ ਆਪਾਂ ਧੂਰੀ ਤੋਂ ਮਰੇਕੋਟਲਾ ਰਾਏਕੋਟ ਰੋਡ ਤੇ ਨਿਕਲਦੇ ਹਾਂ ਤਾਂ ਰਸਤੇ ਦੇ ਵਿੱਚ ਇੱਕ ਪਿੰਡ ਪੈਂਦਾ ਘੇਰੂ। ਘੇਰੂ ਪਿੰਡ ਸਟਾਰਟ ਹੋਣ ਤੋਂ ਥੋੜ੍ਹਾ ਜਿਹਾ ਪਹਿਲਾਂ ਬਾਈਆਂ ਦੀ ਸ਼ੋਪ ਹੈ, ਤੇ ਇਹ ਬਾਈ ਏਸੀਆਂ ਦਾ ਕੰਮ ਕਰਦੇ ਨੇ, ਤੇ ਆ ਜਾਓ ਆਪਾਂ ਸਾਰੀ ਡਿਟੇਲ ਲੈ ਕੇ ਤੁਹਾਨੂੰ ਦਿੰਦੇ ਹਾਂ। ਭਾਈ ਜੀ, ਜੇ ਆਪਾਂ ਗੱਲ ਕਰੀਏ ਏਸੀਆਂ ਦੀ, ਇਹ ਆਪਣੇ ਲਈ ਸੈਕਿੰਡ ਹੈਂਡ ਏਸੀ ਹੁੰਦੇ ਨੇ? ਸੈਕਿੰਡ ਹੈਂਡ ਏਸੀ ਨੇ ਜੀ, ਕੋਈ 2 ਸਾਲ, ਕੋਈ 1 ਸਾਲ ਜਾਂ 3 ਸਾਲ ਚੱਲੇ ਹੋਏ ਨੇ। ਅੱਛਾ ਜੀ, ਇਹਦੀ ਗਰੰਟੀ ਤੇ ਵਾਰੰਟੀ ਦੀ ਗੱਲ ਕਰੀਏ? ਗਰੰਟੀ ਵੀ ਇਹਦੀ 1 ਸੀਜ਼ਨ ਦੀ ਹੈਗੀ, 1 ਸੀਜ਼ਨ ਦੀ ਕੰਪਰੈਸਰ ਦੀ ਸੀਜ਼ਨ ਦੀ ਆ, ਤੇ 1 ਮਹੀਨੇ ਦੀ ਫੁੱਲ ਏਸੀ ਦੀ ਗਰੰਟੀ ਆਪਣੀ, ਠੀਕ ਹੈ ਜੀ। ਵੀਰ ਜੀ, ਜੇ ਆਪਾਂ ਫਿਟਿੰਗ ਵਗੈਰਾ ਦੀ ਗੱਲ ਕਰੀਏ ਵੀ? ਫਿਟਿੰਗ ਜਿਵੇਂ ਕਿ ਜੇ ਬੰਦਾ ਆਈ ਲੈ ਕੇ ਜਾਂਦਾ ਜੀ ਆਪਣੇ ਕੋਲੋਂ, ਤਾਂ ਆਪਾਂ 15,000 ਦਾ ਡੇਢ ਟਨ ਦਾ ਪੀਸ ਦੇ ਦਿੰਦੇ ਹਾਂ, ਤੇ ਅਗਰ ਫਿਟਿੰਗ ਕਰਾ ਕੇ ਲੈਣਾ ਤਾਂ ਆਪਣੇ ਕੋਲੋਂ 18,500 ਰੁਪਏ ਦਾ ਸਾਰੀ ਅਸੈਸਰੀ ਲਾ ਕੇ ਪੂਰੀ। ਅੱਛਾ, ਤੁਸੀਂ ਘਰ ਦੇ ਤੇ ਵਿੰਡੋ ਏਸੀ ਜਾਂ ਦੂਸਰੇ ਸਾਰੇ? ਨਹੀਂ, ਸਪਰਿਟ। ਅੱਛਾ ਜੀ, 1 ਟਨ ਦਾ, ਡੇਢ ਟਨ ਦਾ, 2 ਟਨ ਦਾ, ਤੇ ਕੰਪਨੀਆਂ ਪਰ ਹਰੇਕ ਅਵੇਲੇਬਲ ਆ ਗਈ, ਜਿਵੇਂ ਵੋਲਟਾਸ ਹੋ ਗਈ, ਲੋਇਡ ਹੋ ਗਈ, ਅਟਾਚੀ ਹੋ ਗਈ, ਤੇ LG, ਪੈਨਾਸੋਨਿਕ, ਹਰੇਕ। ਅੱਛਾ, ਤੇ ਇਨਵਰਟਰ ਨਾਨ ਇਨਵਰਟਰ? ਇਹ ਨਾਨ ਇਨਵਰਟਰ। ਨਾਨ ਇਨਵਰਟਰ, ਜਿਵੇਂ ਕਿਹਾ ਸਾਹਮਣੇ ਡੇਢ ਟਨ ਦਾ ਏਸੀ ਪਿਆ ਵੀਰੇ, ਇਹਦੀ ਆਪਾਂ ਗੱਲ ਕਰੀਏ ਜੀ? ਹਾਂਜੀ, ਲੋਇਡ ਕੰਪਨੀ ਦਾ ਜੀ, ਜੇ ਅੱਜ ਆਪਾਂ ਲਈਏ ਤਾਂ 35,000-40,000 ਦੀ ਰੇਂਜ ਚ ਹੈਗਾ, ਤੇ ਇਹ ਆਪਾਂ ਤੁਹਾਨੂੰ 18,500 ਦੇ ਵਿੱਚ ਫਿੱਟ ਕਰਾ ਕੇ ਦੇ ਦਾਂਗੇ। 18,500 ਰੁਪਏ ਦੇ ਵਿੱਚ ਦੋਸਤੋ, ਇਹ ਤੁਹਾਨੂੰ ਘਰੇ ਫਿੱਟ ਕਰੇ ਹੋਣਗੇ ਬਾਈ, ਜੇ ਕਿਸੇ ਵੀਰ ਨੂੰ ਜੱਜਦਾ ਏਸੀ, ਤੇ ਜੇ ਨਹੀਂ ਵੀਰੇ ਫਿੱਟ ਕਰਨਾ ਅਗਲਾ ਆਪਦਾ ਹੀ ਲੈ ਕੇ ਜਾਂਦਾ, ਫਿਰ 15,000 ਦੀ। 15,000 ਰੁਪਏ ਦਾ, ਜਿਵੇਂ ਕਿ ਅਗਲਾ ਵੀ ਆ ਡੇਢ ਟਨ ਦਾ ਪਿਆ ਪਿਆ ਜੀ। ਹਾਂਜੀ, ਠੀਕ ਹੈ ਜੀ, ਇਹ ਵੀ ਸੇਮ ਰੇਟ ਆ ਜੀ ਆਪਣਾ, ਤੇ ਅਟਾਚੀ ਜਾਂ ਔਜਾਰ ਨਾਲ ਤੁਹਾਨੂੰ ਛੱਡ ਕੇ ਬਾਕੀ ਸੇਮ ਰੇਟ ਹੈ ਜੀ। ਅੱਛਾ ਅੱਛਾ ਜੀ ਵੀਰ ਜੀ, ਹੋਰ ਦੇਖ ਰਿਹਾ ਅੱਗੇ ਦੋਸਤੋ, ਇਹ ਕੰਡੀਸ਼ਨ ਦੀ ਗੱਲ ਕਰੋ ਤੁਸੀਂ, ਦੇਖੋ ਬਿਲਕੁਲ ਓਕੇ ਆ, ਤੇ ਇਹਦਾ ਵੀਰ ਜੀ ਕੀ ਰੇਟ ਰਹੂਗਾ ਜੀ? ਇਹ 18,500 ਜੀ, ਫਿੱਟ ਕਰਾ ਕੇ। ਕੋਈ 2 ਟਨ ਦਾ ਜਾਂ 1 ਟਨ ਦਾ? ਇਹ 1 ਟਨ ਦਾ ਪਿਆ ਜੀ, ਜੇ ਬੰਦੇ ਨੇ ਆਪਦੀ ਫਿਟਿੰਗ ਕਰਾਉਣੀ ਹੈਗੀ ਤਾਂ ਆਪਾਂ ਦੇ ਦਾਂਗੇ 13,000 ਦਾ, ਤੇ ਫਿਟਿੰਗ ਕਰਾ ਕੇ 16,000 ਦਾ, ਠੀਕ ਆ। ਆਹ ਦੋਸਤੋ ਦੇਖ ਸਕਦੇ ਹੋ, ਮੈਂ ਵੋਲਟਾਸ ਕੰਪਨੀ ਦਾ ਜੀ ਕਰਕੇ ਦਿਖਾਉਣਾ ਤੁਹਾਨੂੰ, ਤੇ 1 ਟਨ ਦਾ ਏਸੀ ਆ ਬਾਈ, ਕਹਿੰਦੇ 13,000 ਦਾ ਦੇ ਦਾਂਗੇ ਜੇ ਬੰਦੇ ਨੇ ਆਪ ਫਿਟਿੰਗ ਕਰਨੀ ਆ, ਜੇ ਅਸੀਂ ਕਰਕੇ ਆਉਣੀ ਆ ਤਾਂ ਉਹਦਾ ਰੇਟ ਅਲੱਗ ਤੋਂ ਰਹੂਗਾ। ਇਹਦੇ ਵਿੱਚ ਲੋਇਡ ਦਾ ਵੀ ਮਿਲ ਜੂਗਾ, ਵੋਲਟਾਸ ਦੇ ਮਿਲ ਜਾਣਗੇ ਜੀ, ਠੀਕ ਹੈ। ਤੇ ਆਹ 2 ਟਨ ਚ ਆ ਗਿਆ,
ਠੀਕ ਹੈ ਜੀ। ਇਹ ਅਟਾਚੀ ਦਾ ਜੀ, ਜੇ ਅੱਜ ਆਪਾਂ ਨਵਾਂ ਪੀਸ ਲੈਂਦੇ ਹਾਂ 65,000 ਰੁਪਏ ਰੇਟ ਹੈ, ਠੀਕ ਹੈ ਜੀ। ਤੇ ਆਪਾਂ ਇਹ ਫਿੱਟ ਕਰਵਾ ਕੇ 21,000 ਚ ਦੇ ਦਾਂਗੇ ਜੀ। ਫਿੱਟ ਕਰਾ ਕੇ 21,000 ਚ ਦੇ ਦਾਂਗੇ ਬਿਨਾਂ ਫਿੱਟ ਤੋਂ ਜੀ? ਬਿਨਾਂ ਫਿੱਟ ਤੋਂ 17,000 ਦੇ ਦਾਂਗੇ। ਠੀਕ ਹੈ ਵੀਰ ਜੀ, ਇੱਕ ਮੈਂ ਹੋਰ ਕਹਿ ਰਿਹਾ ਸੀ ਤੁਹਾਨੂੰ, ਜਿਵੇਂ ਕਿ ਆਪਾਂ ਕਹਿੰਦੇ ਹਾਂ ਕੋਈ ਆਪਣੀ ਵੀਡੀਓ ਦੇ ਵਿੱਚ ਦੋਸਤ ਦੂਰੋਂ ਚੱਲ ਕੇ ਆਉਂਦੇ ਨੇ, ਹਾਂਜੀ ਹਾਂਜੀ, ਜੇ ਮੰਨ ਲਓ ਉੱਥੇ ਮੰਗਵਾਉਣਾ ਚਾਹੁਣ ਕੋਈ ਨਾ ਅਮੀਰ ਆਵੇ, ਉਹਦੇ ਵਾਸਤੇ ਆਪਣੀ ਕੀ ਸਹੂਲਤ ਹੈ ਜੀ? ਉਹਦੇ ਵਾਸਤੇ ਆਏ ਜੀ, ਬੰਦਾ ਪੇਮੈਂਟ ਆਪਾਂ ਨੂੰ ਕਰ ਦੂਗਾ ਤੇ ਨੰਬਰ ਤੋਂ ਜਿੰਨੇ ਪੀਸ ਅਗਲਾ ਸਿਲੈਕਟ ਕਰਦਾ ਉਹ ਭੇਜ ਦਾਂਗੇ, ਲੇਕਿਨ ਭੇਜਣ ਦਾ ਖਰਚਾ ਉਹਨਾਂ ਦਾ ਹੋਊਗਾ। ਅੱਛਾ ਜੀ, ਠੀਕ ਹੈ ਜੀ, ਕਿਰਾਇਆ ਉਹਨਾਂ ਦਾ ਹੋਊਗਾ, ਬਾਕੀ ਭੇਜ ਦਾਂਗੇ ਜਿੱਥੇ ਮਰਜ਼ੀ ਕਹਿਣ, ਭੇਜ ਕਿੱਥੇ ਮਰਜ਼ੀ। ਹਾਂ, ਬਾਕੀ ਆਏ ਮੇਰਾ ਮਕੈਨਿਕ ਫਿੱਟ ਕਰਿਆ ਉੱਥੇ ਜਾ ਕੇ। ਜੇ ਤੁਹਾਡਾ ਮਕੈਨਿਕ ਫਿੱਟ ਕਰਕੇ ਆਉਂਦਾ, ਉਹਦੀ ਫੀਸ ਉਹਦੇ ਵਿੱਚ ਹੀ ਆ ਗਈ ਜੀ। ਜਿਵੇਂ ਉਹਦਾ 1500 ਰੁਪਏ ਲੈਂਦਾ ਮੁੰਡਾ, ਹਾਂਜੀ, ਠੀਕ ਹੈ ਜੀ, ਆਪਣਾ 1200 ਰੁਪਏ, ਠੀਕ ਹੈ। ਬਾਕੀ ਸਮਾਨ ਆਪਣੇ ਕੋਲ ਹਰੇਕ ਹੁੰਦਾ, ਜਿੱਦਾਂ ਪੈਪ, ਕਾਪਰ ਦੇ ਪੈਪ ਹੋ ਗਏ, ਆਈਸੋਲੇਸ਼ਨ ਪੈਪ ਹੋ ਗਈ, ਗੈਸ ਹੋ ਗਈ, ਇਹ ਅਲੱਗ ਤੋਂ ਵੀ ਭੇਜ ਦਾਂਗੇ ਨਾਲ। ਜੇ ਆਪਾਂ ਗੱਲ ਕਰੀਏ ਵੀਰ ਜੀ, ਆਪਣੇ ਲਵੇ ਕੁਆਂਟਿਟੀ ਕਿੰਨੀ ਤੱਕ ਮਿਲਦੀ ਹੈ? ਕੋਈ ਵੀਰ ਜਿਵੇਂ ਹੁਣ ਵਿੱਚ ਗਾਵਾਂ ਦੇ ਫਾਰਮ ਵੀ ਕਰਦੇ ਨੇ, ਜਾਂ ਕੋਈ ਪੀਜੀ ਵਗੈਰਾ ਦੇ ਵਿੱਚ ਆਪਣੇ ਪੈਲਸਾਂ ਦੇ ਵਿੱਚ ਗੁਰੂ ਘਰਾਂ ਚ ਵੱਡੇ ਹਾਲਾਤ ਚਾਹੁੰਦੇ ਨੇ, ਜਿਵੇਂ ਕੋਈ 10-20 ਏਸੀਆਂ ਦੀ ਕੁਆਂਟਿਟੀ? ਆਪਾਂ ਨੂੰ 2 ਦਿਨ ਪਹਿਲਾਂ ਫੋਨ ਕਰਦੇ ਜੀ, ਹਾਂਜੀ, ਤਾਂ 35-40-50 ਪੀਸ ਤੱਕ ਆਪਾਂ ਅਵੇਲੇਬਲ ਕਰਾ ਸਕਦੇ ਬੰਦੇ ਨੂੰ। 2 ਦਿਨ ਪਹਿਲਾਂ ਫੋਨ ਕਰਕੇ ਆਓ, 40-20 ਤੱਕ ਅਵੇਲੇਬਲ, ਬਾਕੀ 10-15 ਪੀਸ ਤਾਂ ਜਦੋਂ ਵੀ 20 ਪੀਸ ਤਾਂ ਅਵੇਲੇਬਲ ਆਪਣੇ ਕੋਲ ਹੁੰਦੇ ਨੇ, ਹਾਂਜੀ, ਠੀਕ ਹੈ ਜੀ। ਗਰੰਟੀ ਆ, ਫਿੱਟ ਚੈੱਕ ਕੀਤੇ ਹੋਏ ਨੇ, ਕੰਪਰੈਸਰ ਕੰਪਰੂ ਸਭ ਕੁਝ ਚੈੱਕ ਕੀਤੇ ਨੇ। ਹਾਂਜੀ ਵੀਰ ਜੀ, ਇੱਕ ਆਪਾਂ ਹੋਰ ਪੁੱਛਣਾ ਵੀ ਉਹ, ਜਿਵੇਂ ਕੋਈ ਵੀਰ ਚਾਹੁੰਦਾ ਵੀ ਇੱਕੋ ਹੀ ਕੰਪਨੀ ਦੇ ਸਾਰੇ ਏਸੀ ਹੋਣ, ਜਿਵੇਂ ਇੱਕ ਟਨ ਦੇ ਮੰਨ ਲਓ 5-20 ਕੋਈ ਵੀਰ ਚਾਹੁੰਦਾ? ਹਾਂਜੀ ਹਾਂਜੀ, ਅਵੇਲੇਬਲ ਨਹੀਂ ਆਪਣੇ ਕੋਲ, ਮਿਲ ਜਾਣਗੇ, ਜਿੱਦਾਂ ਵੋਲਟਾਸ ਹੋ ਗਿਆ, ਲੋਇਡ ਹੋ ਗਿਆ, ਠੀਕ ਹੈ ਜੀ, ਨੋਇਡਾ ਹੋ ਗਿਆ, ਇਹ 5-5, 4-4 ਪੀਸ ਤਾਂ ਜਦੋਂ ਮਰਜ਼ੀ ਬੰਦਾ ਡਿਮਾਂਡ ਕਰ ਸਕਦਾ ਆਪਣੇ ਕੋਲ, ਆਪਾਂ ਦੇ ਸਕਦੇ ਹਾਂ। ਜਿਵੇਂ ਆਹ ਤੁਸੀਂ ਦੇਖ ਸਕਦੇ ਹੋ, ਸਾਰੇ ਆਪਣੇ ਕੋਲ ਵੀਰੇ 5-star ਨੇ, ਕੋਈ 5-star ਏਸੀ ਨੇ ਸਾਰੇ ਜੀ, ਤੇ ਮੈਂ ਤੁਹਾਨੂੰ ਸਾਰੇ ਦਿਖਾਊਂਗਾ ਇੱਕ ਵਾਰੀ ਦੁਬਾਰਾ। ਤੇ ਜਿਵੇਂ ਕਿ ਆਪਾਂ ਵੀਰ ਦਾ ਨੰਬਰ ਆ ਜਿਹੜਾ ਉਹ ਆਪਾਂ ਵੀਡੀਓ ਦੇ ਵਿੱਚ ਬੋਲਤਾ, ਤੇ ਵੀਡੀਓ ਆਪਾਂ ਉੱਪਰ ਵੀ ਮੈਂਸ਼ਨ ਕਰ ਦਾਂਗੇ ਨੰਬਰ ਤੇ ਐਡਰੈਸ। ਦੂਸਰਾ ਇੱਕ ਨੰਬਰ ਹੋਰ ਆ ਮੇਰਾ, 99-141-90-470 99-141-90-470 ਜੀ, 70 ਆ ਜੀ, ਠੀਕ ਹੈ ਜੀ। ਤੇ ਵੀਰ ਦਾ ਨੰਬਰ ਆ, ਤੁਸੀਂ ਵੀਰ ਨੂੰ ਕਾਲ ਕਰਕੇ ਕਦੋਂ ਮਰਜ਼ੀ ਆਓ। ਮੈਂ ਤਾਂ ਚਾਹੁੰਦਾ ਵੀ ਤੁਸੀਂ ਆ ਕੇ ਉਰੇ ਏਸੀ ਬਾਈ ਤੋਂ ਖਰੀਦੋ, ਕੰਡੀਸ਼ਨ ਚੈੱਕ ਕਰਕੇ। ਪਰ ਜੇ ਕੋਈ ਵੀਰ ਆਨਲਾਈਨ ਵੀ ਮੰਗਾਉਣਾ ਚਾਹੁੰਦੇ ਨੇ 10-15-20 ਪੀਸ 5-4 ਜਿੰਨੇ ਵੀ ਇੱਕੋ ਹੀ ਕੰਪਨੀ ਦੇ ਚਾਹੁੰਦੇ ਨੇ, ਸੇਮ ਜਿਵੇਂ ਕਿ 1-2 ਟਨ ਦੇ 5 ਪੀਸ ਚਾਹੀਦੇ ਨੇ, ਤਾਂ ਉਹ ਸੇਮ ਵੀ ਮਿਲ ਜਾਣਗੇ ਤੁਹਾਨੂੰ। ਤੁਸੀਂ ਇੱਕ ਵਾਰੀ ਵੀਰ ਕੋਲੇ ਆ ਕੇ ਵਿਜ਼ਿਟ ਕਰੋ ਤੇ ਉਸ ਤੋਂ ਬਾਅਦ ਇਹਨਾਂ ਦਾ ਸਮਾਨ ਖਰੀਦੋ। ਜੇ ਕੋਈ ਵੀਰ ਚਾਹੁੰਦੇ ਨੇ ਵੀ ਅਸੀਂ ਇਹ ਲਗਵਾਉਣੇ ਨੇ, ਠੀਕ ਆ, ਉਹ ਇਹਨਾਂ ਦਾ ਖਰਚਾ ਅਲੱਗ ਤੋਂ ਹੋਊਗਾ, ਤੁਹਾਡੇ ਘਰ ਜਾ ਕੇ ਇਹ ਫਿੱਟ ਕਰਿਆਉਣਗੇ, ਉਹ ਵੀ ਤੁਸੀਂ ਫੋਨ ਤੇ ਗੱਲ ਕਰਿਓ ਇਹਨਾਂ ਨਾਲ, ਤੇ ਤੁਸੀਂ ਵੀਰ ਕੋਲ ਇੱਕ ਵਾਰੀ ਵਿਜ਼ਿਟ ਕਰੋ।